ਇਹ ਜਨਾਬ ਗੱਡੀ ਹੈ ਦਾਨਿਸ਼ ਭਾਈ ਦੀ, ਆ ਮੇਰੇ ਦਿਨ ਬੇਟੇ ਦਾ ਨਾਂ ਹੈ, ਉਸਦੇ ਨਾਂ ਪਰ ਨੰਬਰ ਪਲੇਟ ਹੈ ਕੈਲੀਫੋਰਨੀਆ। ਠੀਕ ਹੈ ਜੀ, ਜਿੰਦਾਲ ਟਰੱਕ ਹੈ ਜਨਾਬ, ਇੰਜਨ ਆਇਲ ਹਿੱਸਾ ਖਤਮ ਹੋਇਆ ਸੀ, ਹਾਈਡਰੋਲਿਕ ਬਦਲੀ ਕੀਤਾ। ਇਹ ਸਾਰੇ ਭਾਈ ਜਾਨ ਜਨਾਬ ਆਇਲ ਸਟੂਡੈਂਟ ਵੀਜ਼ੇ ਪਰ, ਅਤੇ ਅਭੈ ਸਾਹਿਬ ਟਰੱਕ ਹੈ। ਦਾਨਿਸ਼ ਭਾਈ ਇਸ ਖਲਤੀਓ ਕਿਤਨਾ ਟਾਈਮ ਹੋਇਆ, ਖਲਤੀਆਂ ਕਿਤਨਾ ਟਾਈਮ ਹੋਇਆ, ਇਹ ਗੰਦਾ ਬੜਾ ਹੋਇਆ। ਅੱਛਾ ਅੱਛਾ ਅੱਛਾ, ਠੀਕ 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 ਠੀਕ। ਇਹ ਜਨਾਬ ਉਹ ਸਾਰੀ ਜ਼ਮੀਨ ਹੈ ਜਿਹੜੀ ਕਿਸੇ ਬੰਦੇ ਰੈਂਟਾ ਪਰ ਚਾੜੀ ਹੈ, ਖਰੀਦੀ ਅਤੇ ਉਸ ਤੋਂ ਬਾਅਦ ਇਹ ਛੋੜੀ ਸ ਰੈਂਟਾ ਪਰ, ਫੀ ਗੱਡੀ $150। ਠੀਕ ਹੈ ਜੀ, ਜੀ ਜੀ ਫੀ ਗੱਡੀ $150 ਅਤੇ ਜਨਾਬ ਇਹ ਤਾਂ ਪੂਰਾ ਘਰ ਬੈਠਿਆਂ ਰੁਪਈਏ ਕਮਾਉਣਾ ਪਿਆ। ਇਹ ਟਰੱਕਾਂ ਦਾ ਇੰਜਣ ਹੈ ਜਨਾਬ, ਇਹ ਕਿਤਨੇ ਸੀਸੀ ਹੈ ਭਾਈ ਜੀ? 455 ਸੀਸੀ। ਅੱਛਾ 455 ਸੀਸੀ ਦਾ ਕਿਆ ਮਤਲਬ ਹੈ ਜੀ? 45,000 ਸੀਸੀ। ਜ਼ਬਰਦਸਤ, ਇਹ ਦੂਸਰਾ ਇਸ ਦੇ ਪਿੱਛੇ ਇਹ ਟਰਾਲੀ ਜੀ ਖਤਮ ਕਰੀ, ਤੁਸੀਂ ਦੂਸਰਾ ਵੀ ਟਰੇਲਾ ਪਾ ਸਕਦੇ ਹੋ? ਹਾਂ, ਦੂਜਾ ਹੀ ਪਾ ਸਕਦੇ। ਅੱਛਾ 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 ਅੱਛਾ, ਧੁੱਪੋ ਜੀ ਮਾਸ਼ਾ ਅੱਲਾ। ਇਹ ਕਿੱਥੇ ਦਾ ਬਣਿਆ ਜੀ, ਕਿਹੜੀ ਮੁਰਗਾ ਨਾ? ਠੀਕ ਠੀਕ ਠੀਕ, ਸਹੀ ਹੈ ਸਹੀ ਹੈ। ਅੱਜ ਇਸਦੀ ਸਫਾਈ ਹੋਈ ਨਹੀਂ ਹੈ, ਕੱਲ੍ਹ ਦਾਨਿਸ਼ ਭਾਈ ਜਾਣਾ ਟੈਕਸਿਸ ਅਤੇ ਜਨਾਬ ਗੱਡੀਆਂ ਲੈ ਕੇ ਜਾਣੀਆਂ ਨੇ। ਇਹ ਚੇਂਜ ਵੀ ਕਰ ਸਕਦੇ ਹਨ, ਪਿੱਛੇ ਦੂਸਰਾ ਵੀ ਵਾਹੀ ਸਕਦੇ ਹਨ। ਜੈਸਾ ਕਿ ਜਨਾਬ ਹਰ ਗੱਡੀ ਜਿਸ ਬੰਦੇ ਖਲਾਈ ਹੈ ਉਹ ₹150 ਰੈਂਟ ਦੇਣਾ ਇਸ ਜ਼ਮੀਨ ਵਾਲੇ ਦੀ। ਇਹ ਯਾਰਡ ਬਣਾਇਆ ਅਕਸਰ ਜੀ, ਠੀਕ ਹੈ ਜੀ। ਅੱਗੇ ਇੱਕ ਜਿਹੜੀ ਚੀਜ਼ ਸੀ ਨਾ
ਉਹ ਹੈਰਾਨ ਕੁੰਨ ਮਸਜਿਦ ਹੈ, ਉਹ ਸਾਡੇ ਵਾਸਤੇ ਹੈਰਾਨ ਕੁੰਨ ਹੈ ਕਿ ਉਹ ਤੁਸੀਂ ਮੈਂ ਥੋੜ੍ਹੀ ਦਿਨ ਇਨਸ਼ਾਅੱਲਾ ਨੈਕਸਟ ਵੀਡੀਓ 'ਚ ਨਹੀਂ ਬਣਾਸਾਂ, ਫਿਰ ਤੁਸੀਂ ਕੀ ਬਾਸਾਂ ਜਨਾਬ ਕਿ ਉਹ ਹੈਰਾਨ ਕੁੰਨ ਕੀ ਹੈ ਕਿ ਤੁਸ ਵਾਸਤੇ ਵੀ ਹੈਰਾਨ ਕੁੰਨ ਸੀ। ਇਹ ਹੈ ਜਨਾਬ ਕੈਲੀਫੋਰਨੀਆ, ਠੀਕ ਹੈ ਜੀ।